ਸਤਿ ਸ਼੍ਰੀ ਅਕਾਲ ਜੀ। ਹੁਣ ਜਿਹੜੀ ਇਸ ਅਸਾਈਨਮੈਂਟ ਦੇ ਵਿੱਚ ਮੈਂ ਦੱਸ ਰਿਹਾ ਵੀ ਅਸੀਂ ਰਿਜ਼ਿਊਮ ਕਿਵੇਂ ਕ੍ਰੀਏਟ ਕਰਨਾ ਆ। ਤਾਂ ਰਿਜ਼ਿਊਮ ਇੱਕ ਬਣਿਆ ਹੋਇਆ ਮੈਂ ਤੁਹਾਡੇ ਸਾਹਮਣੇ ਓਪਨ ਕਰ ਰਿਹਾ ਵਾਂ। ਆਹ ਦੇਖੋ ਜੀ, ਆਹ ਰਿਜ਼ਿਊਮ ਬਣਿਆ ਹੋਇਆ ਵਾ ਆਪਣੇ ਕੋਲ। ਰਿਜ਼ਿਊਮ ਦੀ ਫੁੱਲ ਫੋਰਮ ਰੈਜ਼ਮੇ ਵੀ ਹੈਗੀ ਆ, ਰੈਜ਼ਮੇ ਸਹੀ ਪ੍ਰੋਨਾਉਂਸੇਸ਼ਨ ਹੈ ਇਹਦੀ, ਅਤੇ ਕਰੀਕੁਲਮ ਵਿਟਾ ਵੀ ਕਹਿੰਦੇ ਆ। ਠੀਕ ਆ ਜੀ, ਪਹਿਲਾਂ ਨੇਮ ਆ ਗਿਆ, ਐਡਰੈਸ ਆ ਗਿਆ, ਇਸ ਤਰੀਕੇ ਨਾਲ ਇਸ ਫੋਰਮੈਟ ਦੇ ਵਿੱਚ ਅਸੀਂ ਆਪਣਾ ਰਿਜ਼ਿਊਮ ਬੇਸਿਕਲੀ ਤਿਆਰ ਕਰਦੇ ਹਾਂ। ਠੀਕ ਹੈ ਨਾ ਜੀ, ਤਾਂ ਕੋਈ ਔਖਾ ਨਹੀਂ ਹੈਗਾ। ਇਹਨੂੰ ਕਿਵੇਂ ਅਸੀਂ ਕ੍ਰੀਏਟ ਕਰਨਾ ਆ ਸਟੈਪ ਬਾਏ ਸਟੈਪ ਮੈਂ ਦੱਸ ਦਿੰਦਾ ਹਾਂ। ਜਿਵੇਂ ਫੋਰ ਐਗਜ਼ਾਮਪਲ, ਮੈਂ ਮਾੜਾ ਜਿਹਾ ਸਟਾਰਟਅਪ ਹੀ ਦੱਸੂੰਗਾ, ਬਾਕੀ ਤੁਸੀਂ ਖੁਦ ਕਰੋਗੇ। ਫਾਈਲ, ਨਿਊ, ਬਲੈਂਕ ਡਾਕੂਮੈਂਟ ਮੈਂ ਲੈ ਰਿਹਾ। ਠੀਕ ਆ ਜੀ, ਫੋਰ ਐਗਜ਼ਾਮਪਲ ਮੈਂ ਆਪਣੇ ਨਾਂ 'ਤੇ ਕਰਦਾ, ਆਕਾਸ਼ ਦੀਪ ਸਿੰਘ। ਠੀਕ ਆ ਜੀ, ਇਹ ਨਾਮ ਆ ਗਿਆ। ਐਡਰੈਸ 1786 ਸਟਰੀਟ ਨੰਬਰ 12 ਦਸ਼ਮੇਸ਼ ਨਗਰ, ਗਿਲਨ ਰੋਡ, ਲੁਧਿਆਣਾ 141003। ਠੀਕ ਆ ਜੀ, ਇਸ ਤੋਂ ਉੱਪਰ ਅਸੀਂ ਰਿਜ਼ਿਊਮ ਲਿਖ ਦਈਏ। ਰਿਜ਼ਿਊਮ, ਵੈਸੇ ਰਿਜ਼ਿਊਮ ਅਤੇ ਸੀ ਵੀ 'ਚ ਕੋਈ ਖਾਸ ਡਿਫਰੈਂਸ ਨਹੀਂ ਹੈਗਾ, ਪਰ ਜੇ ਵਰਡਿੰਗ ਦੇ ਹਿਸਾਬ ਨਾਲ ਸੋਚੀਏ, ਸਾਨੂੰ ਇਹ ਦੇਖੀਏ ਤਾਂ ਰਿਜ਼ਿਊਮ ਸਾਡੀ ਬਾਇਓਡਾਟਾ ਹੀ ਹੁੰਦਾ ਆ ਇਨਫੋਰਮੇਸ਼ਨ ਦੀ। ਕਰੀਕੁਲਮ ਵਿਟਾ ਜਿਹੜਾ ਸੀ ਵੀ ਆਪਾਂ ਯੂਜ਼ ਕਰਦੇ ਹਾਂ, ਉਹ 'ਚ ਐਕਸਪੀਰੀਅੰਸ ਵੀ ਹੁੰਦਾ ਆ। ਕਰੀਕੁਲਮ ਮਤਲਬ ਐਕਸਪੀਰੀਅੰਸ ਸਾਡਾ, ਉਹ ਐਡ ਹੁੰਦਾ ਉਹਦੇ ਵਿੱਚ। ਤਾਂ ਬੇਸਿਕਲੀ ਐਕਸਪੀਰੀਅੰਸ ਅਸੀਂ ਰਿਜ਼ਿਊਮ 'ਚ ਵੀ ਲਿਖਣਾ ਹੀ ਹੁੰਦਾ ਆ, ਤਾਂ ਅੱਜ ਕੱਲ੍ਹ ਸੇਮ ਹੀ ਆ ਦੋਵਾਂ ਦਾ ਮੀਨਿੰਗ। ਇਹਨੂੰ ਮੈਂ ਅਪਰ ਕੇਸ ਕੀਤਾ, ਇਹਨੂੰ ਮੈਂ ਅੰਡਰਲਾਈਨ ਕਰ ਦਿੰਦਾ, ਥੋੜ੍ਹਾ ਬੋਲਡ ਵੀ ਕਰ ਦਿੰਦਾ ਆ। ਠੀਕ ਆ ਜੀ, ਉਦੋਂ ਬਾਅਦ ਅਸੀਂ ਮੋਬਾਈਲ ਨੰਬਰ ਇਹਨੂੰ ਦੋ ਲਾਈਨ 'ਚ ਕਰ ਦਈਏ। ਦੋ ਲਾਈਨ 'ਚ ਕਰਤਾ, ਨਾਈਨ ਡਬਲ ਸੈਵਨ ਨਾਈਨ ਥ੍ਰੀ ਡਬਲ ਟੂ ਡਬਲ ਨਾਈਨ ਏਟ। ਠੀਕ ਹੈ ਨਾ, ਇਹਦੇ ਵਿੱਚ ਅਸੀਂ ਐਰੋ ਪਾ ਦਈਏ ਤਾਂ ਕਿ ਪੜ੍ਹਨਾ ਆਸਾਨ ਹੋ ਜਾਵੇ। ਠੀਕ ਹੈ, ਈਮੇਲ ਆਈਡੀ ਵੈਬਸ ਆਕਾਸ਼ ਐਟ ਦੀ ਰੇਟ ਜੀਮੇਲ ਡੋਟ ਕੋਮ। ਠੀਕ ਹੈ ਜੀ, ਹੁਣ ਸਾਡਾ ਉੱਪਰਲਾ ਬਣ ਗਿਆ। ਇਹਨੂੰ ਅਸੀਂ ਹੁਣ ਕੀ ਕਰਦੇ ਹਾਂ, ਇਹਨੂੰ ਅਸੀਂ ਪਹਿਲਾਂ ਤਾਂ ਇਹ ਅੰਡਰਲਾਈਨ ਇਹਦਾ ਹਟਾ ਦਈਏ, ਸਾਰਾ ਅਸੀਂ ਬਲੈਕ ਵਿੱਚ ਕਰ ਦਈਏ। ਠੀਕ ਹੈ ਜੀ, ਜੇਕਰ ਕੈਪੀਟਲ ਚਾਹੁੰਦੇ ਹਾਂ, ਸਾਰਾ ਕੁਛ ਕੈਪੀਟਲ 'ਚ ਇੱਥੋਂ ਇੱਕ ਵਾਰ 'ਚ ਹੀ ਹੋ ਜਾਊਗਾ। ਬੋਲਡ ਕਰ ਦਈਏ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਸਾਈਜ਼ ਵੀ ਵੱਡਾ ਕਰ ਦਈਏ। ਠੀਕ ਆ ਜੀ, ਇਹਨਾਂ ਦੀ ਲਾਈਨ ਸਪੇਸਿੰਗ ਘੱਟ ਕਰ ਦਈਏ, ਰਿਮੂਵ ਸਪੇਸਿੰਗ। ਠੀਕ ਹੈ ਜੀ, ਆਹ ਸਪੇਸਿੰਗ ਇੱਥੋਂ ਖਤਮ ਹੋ ਗਈ ਸਾਡੀ। ਨੈਕਸਟ ਨੈਕਸਟ ਚੱਲਦੇ ਹਾਂ ਅਸੀਂ, ਬੋਲਡ ਭਾਵੇਂ ਨਾ ਵੀ ਕਰੀਏ ਅਸੀਂ ਤਾਂ ਵੀ ਚੱਲ ਜਾਊਗਾ। ਠੀਕ ਆ ਜੀ, ਨੈਕਸਟ ਅਸੀਂ ਇੱਥੇ ਆ ਗਏ। ਨੈਕਸਟ ਓਬਜੈਕਟਿਵ, ਠੀਕ ਆ ਜੀ, ਆਹ ਇਹਨੂੰ ਪ੍ਰੋਪਰ ਮੈਂ ਹੈਡਿੰਗ ਇਹ ਤਰ੍ਹਾਂ ਬਣਾਊਂਗਾ, ਸਾਈਜ਼ ਇਹਦਾ ਵੱਡਾ ਕਰੂੰਗਾ 14 16। ਤਾਂ ਸਾਰੇ ਹੈਡਿੰਗ ਦਾ ਅਸੀਂ ਸਾਈਜ਼ 16 ਕਰਾਂਗੇ। ਠੀਕ ਆ ਜੀ, ਅਪਰ ਕੇਸ ਅੰਡਰਲਾਈਨ। ਠੀਕ ਆ ਜੀ, ਇਸ ਤੋਂ ਬਾਅਦ ਨੀਚੇ ਅਸੀਂ ਆ ਜਾਂਦੇ ਹਾਂ। ਹੁਣ ਓਬਜੈਕਟਿਵ ਜੋ ਵੀ ਸਾਡਾ ਆ, ਅਸੀਂ ਇੱਥੋਂ ਹੀ ਕਾਪੀ ਪੇਸਟ ਕਰ ਲੈਂਦਾ ਮੈਂ, ਕਾਪੀ ਪੇਸਟ। ਠੀਕ ਆ ਜੀ, ਇਹਦਾ ਸਾਈਜ਼ ਅਸੀਂ ਬੇਸਿਕਲੀ ਜਿਹੜਾ ਡਾਕੂਮੈਂਟ ਹੁੰਦਾ ਨਾ ਸਾਡਾ 12 ਸਾਈਜ਼ ਦਾ ਹੁੰਦਾ ਆ, ਨੋਰਮਲ ਟੈਕਸਟ 12 ਸਾਈਜ਼ ਦਾ ਹੁੰਦਾ, ਤਾਂ 12 ਅਤੇ ਹੈਡਿੰਗ ਦਾ 14 ਇਹਦਾ ਫਿਕਸ ਹੋਣਾ ਚਾਹੀਦਾ। ਜ਼ਿਆਦਾ ਵੱਡਾ ਰੱਖਾਂਗੇ ਉਹ ਠੀਕ ਨਹੀਂ ਲੱਗੂਗਾ, ਤਾਂ 12 ਸਾਈਜ਼ ਸਾਡਾ ਬੈਸਟ ਵਾ। ਇਹਨੂੰ ਬੋਲਡ ਵੀ ਰਹਿਣ ਦਿੰਦੇ ਕਰਨ ਨੂੰ, ਜਸਟੀਫਾਈ। ਠੀਕ ਆ, ਜਸਟੀਫਾਈ ਰਹਿਣ ਦਿੰਦੇ ਹਾਂ। ਸੇਮ ਐਜ਼ ਇਟ ਇਜ਼ ਹੀ ਅਸੀਂ ਜਿਵੇਂ ਓਬਜੈਕਟਿਵ ਲਿਖਿਆ, ਸੇਮ ਵਰਡਿੰਗ ਸੇਮ ਫੋਨ ਸਟਾਈਲ 'ਚ ਨੈਕਸਟ ਹੈਡਿੰਗ ਲਿਖਾਂਗੇ। ਠੀਕ ਹੈ ਨਾ, ਅਕੈਡੈਮਿਕ ਕੁਆਲੀਫਿਕੇਸ਼ਨ। ਇੱਕ ACADEMIC ਕੁਆਲੀਫਿਕੇਸ਼ਨ, QUALIFICATION ਕੁਆਲੀਫਿਕੇਸ਼ਨ। ਉਦੋਂ ਬਾਅਦ ਜਿਹੜਾ ਅਸੀਂ ਇਹ ਲਿਖਣਾ ਸਾਰਾ ਕੁਛ, ਠੀਕ ਆ ਜੀ, ਅਤੇ ਇਹਨੂੰ ਅਸੀਂ ਟੇਬਲ ਬਣਾ ਕੇ ਲਿਖਣਾ। ਇਨਸਰਟ 'ਚ ਜਾ ਕੇ ਮੈਂ ਟੇਬਲ ਲੈ ਲੂੰਗਾ। ਠੀਕ ਹੈ ਨਾ, ਜਿੰਨੇ ਵੀ 3-4 ਕੋਲਮ ਚਾਹੀਦੇ ਮੈਨੂੰ, ਜਿੰਨੀਆਂ ਵੀ ਰੋਜ਼ ਚਾਹੀਦੀਆਂ, ਰੋਜ਼ ਬਾਅਦ ਵਿੱਚ ਮੈਂ ਇਨਕਰੀਜ਼ ਕਰ। ਇੱਥੇ ਜਾ ਕੇ ਅਸੀਂ ਟੈਬ ਦੱਬਾਂਗੇ, ਨਵੀਂ ਰੋ ਆ ਜੂਗੀ, ਜਾਂ ਇੱਥੇ ਜਾ ਕੇ ਅਸੀਂ ਰਾਈਟ ਕਲਿੱਕ ਕਰਕੇ ਇਨਸਰਟ ਵਿੱਚ ਸਾਰਾ ਕੁਛ ਹੈਗਾ ਇੱਥੇ, ਇਨਸਰਟ ਬਿਲੋ। ਠੀਕ ਆ ਜੀ,
इस तरीके ना असी इतने लिखांगे क्लास ईयर इंस्टीट बोर्ड परसेंटेज क्लास ईयर बोर्ड परसेंटेज जेकर असी कोई लाइन वगैरह लेनी हुई इतने जिवें लाइन ली हुई है कई बार इतने लाइन लेनी होंगी है तो असी इनसर्ट विच ही शेप्स दे विच जा के लाइन असी लै सकते हैं शिफ्ट दब के बिल्कुल सीधी जाऊंगी लाइन ठीक है जिवें असी लाइन ड्रॉ की इहदी प्रॉपर्टी साढ़े को आ गई ब्लैक कलर इतने कर दौ आउटलाइनिंग वेट का इनक्रीज करना वेट थोड़ा इनक्रीज कर दौ ठीक है जी इस तरीके ना जी स्टेप बाय स्टेप करी चलेंगे साढ़े को इदा का सारा रिज्यूम क्रिएट हो जाऊगा बड़ी आसानी के नाल ये बुलेट्स ले हुए हैं बुलेट्स किमें लेने वो भी मैं तुम्हें दस दिना ठीक है जी फॉर एग्जाम्पल हॉबीज ठीक है जी अंडरलाइन ठीक है जी इस तो बाद असी कुछ भी लिखते हैं मैं ए बी सी लिख दें जिम्मे मान लो टी पी ठीक है मैं इदा लिखता इनू असी इतने जाके असी बुलेट्स लै सकते हैं तो इस तरीके ना बाकी दी चीज़ें तुसी खुद बनाओगे अपने बारे सारा कुछ एरिया ऑफ इंटरस्ट्स स्किल्स सारा कुछ तुसी खुद अपने आप लिखोगे ठीक है जी कुछ इस तरीके नाल असी रिज्यूम क्रिएट करांगे कोई होर फॉर्मेट भी असी नैट तो सर्च करके लै सकते हैं तो इस तरीके नाल असी फॉर्म बनावांगे रिज्यूम थैंक यू वेरी मच